ਵਿਸਾਖੀ 25ਵੀਂ ਲਾਲੂ ਦੁਰਗਾ ਜੀਵਨ ਦਾ ਤ੍ਰੈ ਸੱਜਣ ਗੁਰੂ ਕੀ ਚਰਨ ਸ਼ਰਨ ਆਏ ਤੇ ਪੁੱਛਣ ਲੱਗੇ ਸਾਡਾ ਉਧਾਰ ਕਿਵੇਂ ਹੋਵੇ। ਆਗਿਆ ਹੋਈ ਕਰਮ ਕਰਕੇ ਸੁਭਾਅ ਬਣਦਾ ਹੈ, ਸੁਭਾਅ ਸੁੱਖ ਦੁੱਖ ਦਾ ਦਾਤਾ ਹੈ। ਸੁਭਾਅ ਦੇ ਮੜਪਣ ਫਿਰ ਉਲਟ ਕੰਮ ਕਰ ਕਰਕੇ ਨਿਕਲਦੇ ਹਨ। ਨਾਲ ਸਹਾਇਤਾ ਚਾਹੀਏ ਮਨ ਦੇ ਹਰੀ ਗੁਰ ਗਿਆਨ ਦੀ, ਜੋ ਅੰਦਰੋਂ ਮੈਲ ਉਤਰੇ ਕਰਮਾਂ ਦੀ। ਹਾਂ ਭਾਈ, ਗੁਣ ਗਾਇਣ ਨਾਲ ਅੰਦਰਲੀ ਮੈਲ ਉਤਰਦੀ ਹੈ, ਪਰਪੱਕ ਹੋ ਗਈ ਮੈਲ। ਪਰ ਉਪਕਾਰ ਕਰੋ ਤੇ ਗੁਰੂ ਕੀ ਬਾਣੀ ਨਿਤਨੇਮ ਨਾਲ ਪੜਿਆ ਕਰੋ ਚਿੱਤ ਜੋੜ ਕੇ। ਤਾਂ ਤ੍ਰੈ ਚਲੇ ਗਏ। ਕੁਛ ਚਿਰ ਮਗਰੋਂ ਦਰਸ਼ਨਾਂ ਲਈ ਆਏ ਤਾਂ ਆਗਿਆ ਹੋਈ, ਤੁਸੀਂ ਸੇਵਾ ਉਪਕਾਰ ਕੀਤੇ ਹਨ, ਤੁਹਾਡੀ ਮੱਤ ਤੋਂ ਮੈਲ ਲੱਥੀ ਹੈ, ਹੁਣ ਤੁਸੀਂ ਆਪ ਸਮਝਦੇ ਹੋ ਸੋ। ਤੁਹਾਡਾ ਸੁਭਾਅ ਹਰ ਵੇਲੇ ਮਾਇਆ ਇਕੱਠੀ ਕਰ ਕਰਕੇ ਸਵਾਰਥ ਦਾ ਹੋ ਗਿਆ ਸੀ। ਸਵਾਰਥ ਸਿੱਧੀ ਵਿੱਚ ਪਰਪੱਕਤਾ ਨਾਲ ਹਉਮੈ ਹੋਰ ਪੱਕ ਜਾਂਦੀ ਹੈ। ਸੋ ਭਾਈ, ਸਵਾਰਥ ਦਾ ਸੁਭਾਅ ਬਦਲਣ ਲਈ ਤੁਸਾਂ ਨੂੰ ਪਰ ਉਪਕਾਰ ਦੇ ਕਰਨੇ ਦੀ ਮੱਤ ਦਿੱਤੀ ਸੀ, ਜਿਸ ਨਾਲ ਸੁਭਾਅ ਬਦਲ ਕੇ ਪਰ ਸਵਾਰਥ ਦਾ ਹੋ ਗਿਆ ਹੈ। ਇਸ ਵਰਤੋਂ ਨਾਲ ਹਉਮੈ ਦੇ ਘਟਣ ਨਾਲ ਅੰਦਰਲੀ ਹਉਂ ਘਟੀ ਹੈ। ਫਿਰ ਬਾਣੀ ਪੜ੍ਹ ਕੇ ਤੁਸਾਂ ਗੁਣ ਗਾਏ ਹਨ, ਚੰਗਿਆਈ ਰੂਪ ਕਰਤਾ ਪੁਰਖ ਦੇ, ਉਸ ਨਾਲ ਅੰਦਰੋਂ ਮੈਲ ਲੱਥੀ ਹੈ। ਹੁਣ ਤੁਸੀਂ ਬਾਣੀ ਦਾ ਅਭਿਆਸ ਜਾਰੀ ਰੱਖਣਾ ਤੇ ਨਾਲ ਨਾਮ ਜਪਣਾ ਹੈ, ਜੋ ਕਰਤਾ ਪੁਰਖ ਦੇ ਨਾਲ ਮਨ ਜਾ ਕੇ ਠਹਿਕਿਆ ਕਰੇ। ਨਾਮ ਸਿਮਰਨ ਕਰਨਾ ਹੈ ਕਿ ਕਰਤਾ ਪੁਰਖ ਵਿਖੇ ਮਨ ਲੀਨ ਹੋਣ ਦੇ ਰਸਤੇ ਪੈ ਜਾਵੇ। ਸੋ ਹੁਣ ਤੁਸੀਂ ਉਸ ਕਰਤਾਰ ਦਾ ਨਾਮ ਸਿਮਰਨ ਕਰੋ। ਲਾਲੂ ਜੀਓ ਜੀ, ਨਾਮ ਨਾਲ ਪਰ ਉਪਕਾਰ ਵੀ ਜਿਵੇਂ ਆਗਿਆ ਹੋਈ ਸੀ ਜਾਰੀ ਰੱਖਣਾ ਹੈ। ਸ੍ਰੀ ਗੁਰੂ ਜੀ ਹਾਂ ਭਾਈ, ਪਰ ਉਪਕਾਰ ਕਈ ਪ੍ਰਕਾਰ ਦਾ ਹੈ, ਉਸ ਦਾ ਵੇਰਵਾ ਸੁਣੋ। ਇੱਕ ਉਪਕਾਰ ਹੈ ਸਰੀਰ ਨਾਲ ਕਿਸੇ ਦਾ ਕੰਮ ਸਵਾਰਨਾ, ਦੂਜਾ ਪਰ ਉਪਕਾਰ ਹੈ ਆਪਣੀ ਕਮਾਈ ਦਾ ਧਨ ਦੇ ਨਾਲ ਆਪਣਾ ਨਿਰਵਾਹ ਤੋੜਨਾ ਤੇ ਉਸ ਵਿੱਚੋਂ ਕੁਛ ਬਚਾ ਕੇ ਭਲੇ ਅਰਥ ਲਾਉਣਾ। ਇਹ ਜੇ ਗੁਰੂ ਪਰਮੇਸ਼ਰ ਮਗਤ ਕੀਤਾ ਸਮਝੀਏ ਤਾਂ ਮਨ ਹੋਰ ਨਿਰਮਲ ਹੁੰਦਾ ਹੈ। ਨਿਰਮਲ ਮਨ ਵਿੱਚ ਨਾਮ ਚੰਗਾ ਟਿਕਦਾ ਹੈ। ਜੋ ਤੁਸੀਂ ਕਰਦੇ ਰਹੇ ਹੋ ਤਾਂ ਹੀ ਅੱਜ ਨਾਮਦਾਨ ਦਿੱਤਾ ਹੈ। ਜਦੋਂ ਨਾਮ ਟੁਰ ਪਵੇ ਤਾਂ ਮਨ ਸਾਈਂ ਪ੍ਰੇਮ ਵਿੱਚ ਹੋ ਆਵੇ, ਤਾਂ ਜਥਾ ਸ਼ਕਤ ਬਚਨਾਂ ਨਾਲ ਦੂਸਰੇ ਨੂੰ ਸਾਈਂ ਪ੍ਰੇਮ ਵਿੱਚ ਲਾਉਣਾ, ਬਾਣੀ ਨਾਮ ਦੀ ਮਹਿਮਾ ਦੱਸਣੀ ਤੇ ਜੀਵਾਂ ਦਾ ਉਧਾਰ ਕਰਨਾ, ਜੋ ਉਹ ਪਰਮੇਸ਼ਰ ਪ੍ਰਾਇਣ ਹੋ ਕੇ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਜਾਣ। ਇਹ ਭਾਈ ਸਭ ਤੋਂ ਵੱਡਾ ਉਪਕਾਰ ਹੈ ਜਗਤ ਨੂੰ ਨਾਮ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਲਾਉਣਾ, ਪਰ ਇਹ ਬੜੀ ਗਾਖੜੀ ਕਾਰ ਹੈ। ਇਸ ਨੂੰ ਨਾਮ ਵਿੱਚ ਸਨਿਗਧ ਰੱਖ ਕੇ ਇਹ ਕਾਰਜ ਕਰਨਾ ਬੜਾ ਔਖਾ ਹੈ, ਪਰ ਹੈ ਸਫਲ ਕਾਰ। ਗੁਰੂ ਮੇਰ ਨਾਲ ਇਹ ਕਾਰ ਹੁੰਦੀ ਹੈ, ਸੋ ਕਰੋ, ਵਾਹਿਗੁਰੂ ਭਲਾ ਕਰੇ। ਭਾਈ ਗੁਰਦਾਸ ਜੀ ਨੇ ਇਹਨਾਂ ਸਿੱਖਾਂ ਬਾਬਤ ਲਿਖਦੇ ਹਨ, ਲਾਲ ਸੋ ਲਾਲੂ ਬੁੱਧਵਾਰ, ਦੁਰਗਾ ਜੀਵੰਦਾ ਪਰ ਉਪਕਾਰੀ। ਜਾਪਦਾ ਹੈ ਤ੍ਰੈ ਮਿੱਤਰ ਸਨ ਇਕੱਠੇ ਸਤਸੰਗੀ ਹੋਏ, ਲਾਲੂ ਬਹੁਤ ਅਕਲਈਆ ਤੇ ਸਿੱਖੀ ਦੇ ਪ੍ਰਚਾਰ ਵਿੱਚ ਲਾਲ ਤੋਂ ਅਮੋਲਕ ਸੀ ਤੇ ਦੁਰਗਾ ਜੀਵੰਦਾ ਪਰ ਉਪਕਾਰ ਵਿੱਚ ਚੋਟੀ ਦੇ ਸਿੱਖਾਂ ਵਿੱਚੋਂ ਸਨ। ਤ੍ਰੈ ਆਪ ਤਰੇ ਤੇ ਕਈਆਂ ਨੂੰ ਸਤਸੰਗ ਵਿੱਚ ਲਾ ਲਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।